ਮੈਦਾਨ ਦੇ ਵਿੱਚ ਅਗਲੀ ਕਬੱਡੀ ਕਿਹਦੀ ਇੱਕ ਕਾਕਾ ਕਾਰੀ ਸਾਰੀ ਵਾਲਾ ਇੱਕ ਕਾਕਾ ਡੱਫਰ ਪਿੰਡ ਵਾਲਾ ਤੇ ਇੱਕ ਆ ਦੇਖੋ ਕਾਕਾ ਅਰਗਵਾਲੀਆ ਆਪਣੀ ਟੀਮ ਦੇ ਵਾਸਤੇ ਲੱਖਾਂ ਜਿਹਾ ਪੁਆਇੰਟ ਹਾਸਿਲ ਕਰਦਾ ਹੋਇਆ ਚੱਲ ਫਿਰ ਸੋਹਣਿਆ ਪਾਥਾ ਅਗਲੀ ਕਬੱਡੀ ਅਗਲੀ ਕਬੱਡੀ ਸ਼ੇਰਾ ਨਾਮ ਹੈ ਇਸ ਗੱਭਰੂ ਦਾ ਜਿੱਦਾਂ ਦਾ ਨਾਮ ਹੈ ਨਾ ਸ਼ੇਰਾ ਓਦਾਂ ਦੀ ਖੇਡ ਹੈ ਇਸ ਗੱਭਰੂ ਦੀ ਦੇਖੋ ਬਾਹ ਸੋਹਣਿਆ ਪੁਆਇੰਟ ਰੇਡਰ ਦਾ ਉਹ ਪੰਜਾਂ ਛਿਆਂ ਸਕਿੰਟਾਂ ਦੇ ਵਿੱਚ ਹੀ ਆਪਣੀ ਟੀਮ ਦੇ ਵਾਸਤੇ ਪੁਆਇੰਟ ਹਾਸਲ ਕਰਦਾ ਹੋਇਆ ਰਫੀ ਸਿਆਂ ਰੱਖ ਹੌਸਲਾ ਮਨਾ ਤੂੰ ਖੇਡ ਤਾਂ ਸਹੀ ਉਹ ਰਫੀ ਜੱਫੇ ਵੀ ਭਰਦਾ ਏ ਤੇ ਕਹਿੰਦੇ ਰੇਡਾਂ ਵੀ ਪਾਉਂਦਾ ਏ ਇਸ ਸਮੇਂ ਰਫੀ ਅਰਗਵਾਲੀਆ ਸਾਹਮਣੇ ਬਿੱਕੀ ਡੱਕ ਲੈਣ ਦੀ ਕੋਸ਼ਿਸ਼ ਕਰਦਾ ਹੋਇਆ ਵਾਹ ਬਈ ਸੋਹਣਿਆ ਤੇਰੇ ਗੁੱਟ ਤੇ ਲਿਖੂ ਸਰਨਾਮਾ ਜੇ ਪੜ੍ਹੇਗਾ ਤੇ ਯਾਦ ਕਰੇਗਾ ਉਹ ਤਕੜੇ ਜੱਫੇ ਦੀ ਗੱਲ ਜੈਲਦਾਰ ਸਾਹਿਬ ਹੁਣਾਂ ਦੀ ਪੂਰੀ ਸਪੋਰਟ ਏ ਜੈਲਦਾਰ ਸਾਹਿਬ ਉਹ ਟਰਾਂਸਪੋਰਟ ਤੇ ਨਾਮ ਚੱਲਦਾ ਇਸ ਦੇ ਨਾਲ ਹੀ ਮੈਚ ਸਮਾਪਤ ਹੋ ਗਿਆ ਹਾਂਜੀ ਨੰਬਰਾਂ ਦਾ ਵੇਰਵਾ ਇਦਾਂ ਜੀ 12:30 ਬਾਗੇ ਤੇ 10 ਅਰਗਵਾਲ ਜੈਲਦਾਰ ਸਾਹਿਬ ਦੀ ਟੀਮ ਜਿੱਤ ਗਈ ਆ ਬੱਲੀ ਗੋਂਦਪੁਰੀਆ ਬੱਲੀ ਸਰਿਆਲਾ ਤੇ ਗੋਂਦਪੁਰ ਦੇਖ ਲਓ ਕੋਈ ਨਹੀਂ ਆਇਆ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਕਲੱਬ ਸਰਿਹਾਲਾ ਤੇ ਗੋਂਦਪੁਰ ਮਨੂੰ ਬੱਲੀ ਕਬੱਡੀ ਖਿਡਾਰੀ ਗੋਂਦਪੁਰੀਆਂ ਨੂੰ ਬੇਨਤੀ ਕਰਦੇ ਆ ਬੱਲੀ ਸਿਆ ਸਾਡੀ ਜ਼ਿੰਦਗੀ ਦਾ ਪਰਮ ਮਿੱਤਰ ਰੈਫਰੀ ਦੀਆਂ ਸੇਵਾਵਾਂ ਨਿਭਾ ਰਾਜੇ ਭਾਜੀ ਹੁਣੀ ਕਹਿੰਦੇ ਕਿਉਂਕਿ ਜਦੋਂ ਗੋਂਦਪੁਰ ਦੀ ਪਿੰਡ ਪੱਧਰ ਦੀ ਟੀਮ ਖੇਲਦੀ ਸੀ ਇੱਕ ਕੰਨੀ ਤੇ ਬੱਲੀ ਗੋਂਦਪੁਰੀਆ ਦੂਜੀ ਕੰਨੀ ਤੇ ਜੋਨੀ ਤੇ ਕਹਿੰਦੇ ਸ਼ੀਪਾ ਜਿਹੜਾ ਖਿਡਾਰੀ ਸੀ ਨਾ ਸ਼ੀਪਾ ਗੋਂਦਪੁਰੀਆ ਉਹ ਰੇਡਾਂ ਕਰਦਾ ਹੁੰਦਾ ਸੀ ਤੇ ਗੋਂਦਪੁਰ ਦੀ ਟੀਮ ਦੁਨੀਆ ਦੀ ਸਟਰੋਂਗ ਟੀਮ ਦੇ ਅੱਗੇ ਤੂਫਾਨ ਬਣ ਕੇ ਖੜੀ ਹੁੰਦੀ ਸੀਗੀ ਜਦੋਂ ਕਹਿੰਦੇ ਬੱਲੀ ਹੁਣੀ ਖੇਲਦੇ ਬੱਲੀ ਸਿਆ 62 ਕਿਲੋ ਦੇ ਮੈਚ ਦਾ ਤੂੰ ਸਾਡੇ ਨਾਲ ਵੀ ਲਏ ਆ ਕਿਉਂਕਿ ਤੂੰ ਆਪਣੇ ਟਾਈਮ ਦੇ ਵਿੱਚ ਵਧੀਆ ਕਬੱਡੀ ਖੇਡੀ ਹੋ ਸਾਰੇ ਖਿਡਾਰੀਆਂ ਨੂੰ ਨਿੱਘੀ ਜੀ ਆ ਨਿੱਘਾ ਧੰਨਵਾਦ ਕਰਦੇ ਹਾਂ ਸਾਰੇ ਖਿਡਾਰੀ ਵੀਰਾਂ ਦਾ ਜਿੱਥੇ ਕਿ ਗੋਂਦਪੁਰ ਦੇ ਸਨੀ ਨੇ ਵਧੀਆ ਕਬੱਡੀ ਖੇਡੀ ਗੋਲੂ ਨੇ ਕਬੱਡੀ ਵਧੀਆ ਖੇਡੀ ਸੈਨਾਪਤੀ ਨੇ ਕਬੱਡੀ ਵਧੀਆ ਖੇਡੀ ਉਹ ਗੋਂਦਪੁਰ ਨਗਰ ਮਸ਼ਹੂਰ ਕਰ ਦਿੱਤਾ ਕਬੱਡੀ ਖਿਡਾਰੀਆਂ ਨੇ ਅੱਜ ਗੋਂਦਪੁਰ ਨਗਰ ਦੇ ਵਿੱਚ ਰੌਣਕਾਂ ਲੱਗ ਗਈਆਂ ਨੇ ਹੈਲੋ ਅਸੀਂ ਭਾਜੀ ਮੇਰੇ ਵੱਡੇ ਸੁਖਵੀਰ ਸਿੰਘ ਜੀ ਜਹਾਨ ਇੱਥੇ ਪਹੁੰਚੇ ਆ ਮੈਂ ਉਹਨਾਂ ਨੂੰ ਆਪਣੇ ਕਲੱਬ ਤੇ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਸੁਖਵੀਰ ਭਾਜੀ ਦਾ ਜਿਹਨਾਂ ਨੇ ਸਾਡੇ ਇੱਕ ਫੋਨ ਤੇ ਹੀ ਕਹਿਤਾ ਸੀ ਵੀ ਭਾਵੇਂ ਜਿੱਡਾ ਮਰਜ਼ੀ ਕੱਪ ਮੈਨੂੰ ਹੋਵੇ ਪਰ ਬਬਲੂ ਤੇਰੇ ਸੱਦੇ ਤੇ ਮੈਂ ਜ਼ਰੂਰ ਪਹੁੰਚਾਂਗਾ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰਪੰਚ ਰਣਧੀਰ ਸਿੰਘ ਜੀ ਸਾਬਕਾ ਉਹਨਾਂ ਨੂੰ ਵੀ ਬੇਨਤੀ ਕਰਦਾ ਸਟੇਜ ਤੇ ਆ ਜਾਓ ਤੇ ਕੇਵਲ ਭਾਜੀ ਸਾਡੇ ਜਡੋਰੋਂ ਆਏ ਆ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਨੂੰ ਮਿਲ ਕੇ ਜਾਣ ਜਿਸ ਲਈ ਨਹੀਂ ਜਾਣਾ ਭਾਜੀ ਦਾ ਫੋਨ ਬਹਿਰੀਨ ਤੋਂ ਵਾਰ ਵਾਰ ਆਈ ਜਾਂਦਾ ਤੇ ਸਟੇਜ ਤੇ ਆ ਜਾਓ ਮੈਂ ਤਾਂ ਕਹਿੰਦਾ ਹਾਂਜੀ ਗੁਰਦਿਆਲ ਸਿੰਘ ਜੀ ਸਾਡੇ ਪੰਜ ਉਹ ਵੀ ਆ ਸਟੇਜ ਤੇ ਆ ਜਾਣ ਦਰਸ਼ਕ ਵੀਰਿਓ ਸਾਡੇ ਵਿਚਕਾਰ ਇੰਟਰਨੈਸ਼ਨਲ ਬੁਲਾਰੇ ਸੁਖਵੀਰ ਸਿੰਘ ਜੀ ਚੌਹਾਨ ਸਾਹਿਬ ਬੁੱਢੀ ਪਿੰਡ ਵਾਲੇ ਸਾਡੇ ਵਿਚਕਾਰ ਫੁੱਲਾਂ ਵਰਗੀ ਆਮਦ ਹੋਈ ਏ ਧੰਨਵਾਦ ਕਰਦੇ ਹਾਂ ਸਾਰੇ ਹੀ ਪ੍ਰਬੰਧਕਾਂ ਵੱਲੋਂ ਜਦੋਂ ਮਾਈਕ ਤੋਂ ਮਿੱਠੜੇ ਬੋਲ ਬੋਲਦੇ ਨੇ ਲੋਕ ਹੀ ਨਹੀਂ ਉੜਦੇ ਪੰਛੀ ਵੀ ਦਰਖਤਾਂ ਤੇ ਬਹਿ ਕੇ ਕਹਿੰਦੇ ਮਿੱਠੜੇ ਬੋਲ ਸੁਣਨ ਦੇ ਵਾਸਤੇ ਮਜਬੂਰ ਹੋ ਜਾਂਦੇ ਨੇ ਧੰਨਵਾਦ ਕਰਦੇ ਹਾਂ ਸਰਦਾਰ ਸੁਖਵੀਰ ਸਿੰਘ ਜੀ ਚੌਹਾਨ ਸਾਹਿਬ ਹੋਣਾ ਦਾ ਇੱਥੇ ਫੁੱਲਾਂ ਵਰਗੀ ਆਮਦ ਹੋਈ ਏ ਹਾਂਜੀ ਭਾਜੀ ਮੈਚ ਸ਼ੁਰੂ ਕਰਾ ਦੋ ਜੱਸੇ ਗੋਂਦ ਪੱਤੇ ਰਾਣਾ ਸਰਿਆਲਾ ਉਹ ਸਾਡੇ ਪਿੰਡ ਦੇ ਹੀ ਆ ਜੱਸ ਸਾਰੇ ਮੈਂ ਲਗਾਉਣਾ ਨਾਲੇ ਮੈਨੂੰ ਕਹਿਣਾ ਤਾਂ ਆਪਣੇ ਭਰਾ ਹੀ ਆ
हेलो असि फिर दोबारा सुखबीर सिंह चौहान भाजी का धन्यवाद करते हैं जिन्होंने साड़ा सद्दा प्रवान किया। सुखबीर सिंह जी चौहान गोंदपुर की टीम किधर है भाई? गोंदपुर की स्टेज के सज्जे पासे गोंदपुर ते स्टेज के खब्बे पासे सरहाले की टीम है। गोंदपुर की टीम वालों आ देखो दर्शक भीर मारी उच्ची जदों छाल लाके जोर पट्टा नाल अख दे फड़ाके नाल कमाल जिहा हो गया। डबल टच का इशारा ते पॉइंट गोंदपुर की टीम के वास्ते। सरहाले वालों अगली कबड्डी सरहाले नगर का यह नौजवान की गल करूगा खेड मैदान दे विच। चल फिर गबरुआ पाथा अगली कबड्डी सरहाले की टीम वालों खिडारी वीरां नूं बेनती करदे आं कि प्यार की भावना दे नाल खेडना। गोंदपुर का तन्नू कबड्डी खिडारी जिहड़ा जाफियां की तादाद दे विच आ जिन्ने जफे लाऊगा गगन दुबई वालियां वल्लों उन्ने सौ दे सौ दे नाल मान सम्मान किए जाणगे। तन्नू सिया एटीएम फड़ ला ते कढ ला जिन्ने नोट जिन्ने जफे उन्ने सौ सौ दे नाल मान सम्मान किए जाणगे तन्नू दे। ओ दर्शक वीरो एक पासे गोंदपुर ते दूसरे पासे सरहाले दी टीम है। बल्ली बाजी की चक्कर पै गया खिडारियों का तन तन संत बाबा अमर सिंह जी बोरी वालियां दी याद नूं समर्पित पहला कबड्डी टूर्नामेंट दर्शक वीरो कल वाले दिन शुरुआत हुई सी इस टूर्नामेंट दी। अज हो दर्शक भीरो खेड मैदान दे विच आ सरहाले दी टीम दा नमन निकोर गबरू ते आ देखो गगन गोंदपुरिया ने गगन दुबई वालिया ने सौ रुपए का मान सम्मान इस खिडारी वास्ते तनु नाम इस खिडारी का वो जिन्ने जफे उन्ने सौ सौ दे नाल मान सम्मान। अगली कबड्डी खेड मैदान दे विच नमन निकोर गबरू है गोंदपुर की धरती वालों
चार जाफिया की घूमती हुई चैन कौन टकू समा दसू आ हल्का जा टच पे देखो दर्शक मिलो जिदा जामे की पिकअप होंगी है स्पीड मर जाए रेस दो पिकअप चकदम फड़ लेंदा जामा क्योंकि बबलू भाजी हुणी भी जामा रखिया क्रैक्स जामा बड़ी देर तक रख छड़िया स्पीड नाल खिडारी अपनी टीम दे विच एक नंबर का वाधा करता होया नाल दे नाल ही गोंदपुरिया जोरदार तारियां मार दो जफी वास्ते ताडे नगर का नौजवान तेरे गुट ते लिखू सरनामा जे पढ़ेगा ते याद करेगा तेरे गुट ते लिखू सरनामा वो तकड़े जफे की गल करता होया खेड़ मैदान दे विच गोंदपुरिया नौजवान बिल्ले ने जफा लाया हल्का जिहा 50 किलो भार वर्ग का मैच है ते मैनू लगता 38 किलो भार है गभरू का अगली कबड्डी अनमन नकौर गभरू गोंदपुरिया हल्का जिहा टच ते आओ देखो अर्जन दे तीर वांग उंगल खड़ी करता कि पॉइंट मेरा हो गया है बल्ली रेफरी दियां सेवावां बल्ली गोंदपुरिया तकड़ी कबड्डी खेडी बल्ली ने ओ इस एरिए दी शान इस समय खेड मैदान दे विच आ देखो दर्शक वीरो लाला मारदा गबरू तनु चैन विच लगा रहा जिन्ने जफे लगू लाऊंगा जोनी कनेडा वालों उन्ने 200 रुपया ते गगन दुबई वालों वालों उन्ने 100 रुपये सनी दुबई वालों वालों भी तनु जिन्ने जफे लाऊंगा उन्ने 100 बड़े महंगे नंगल अंबिया वाले मांग बड़ा महंगे मुल का प्लेयर बई तनु सिया एटीएम फड़ ला जिन्ने पैसे कटने कट ला जोनी कनेडा वालों वालों गगन दुबई वालों वालों देसर ते बागे दोनों टीम जल्दी तो जल्दी खेड़ मैदान च आ जाने एक पासे देसर आ है तनु इधर लगते हो योर आ दर्शक वीरो लगता 500 रुपए का जफा 500 रुपए का क्योंकि 200 रुपया जोनी कनेडा वालों वालों 100 रुपया गगन दुबई वालों वालों 100 रुपया होर लगा तनु वास्ते वो तनु सिया बल्ले बल्ले करा गया गगन दुबई वालों वालों तनु नू 500 रुपया दिता जा रहा है पूरी बल्ले बल्ले ते जोनी साडा बड़ा वीर कनेडा विच बैठे खिडारी वीरां दे मान सम्मान जस्सा गोंदपुर वाला इशारा करता होया कि पॉइंट रेडर दे खाते दे विच हो गया है चल फिर गबरुआ पाथा अगली कबड्डी खेड मैदान दे विच ऐ नौजवान अर्गो वालिया नौजवान सरे हाले दी धरती दा ऐ नमा नकोर नौजवान की गल करूगा खेड मैदान दे विच चार जाफियां दी घूमदी होई चैन हुंदी बल्ले बल्ले कहिंदे पे आ देखो तकड़े जफे दी गल करदा होया गोंदपुरिया नौजवान तकड़े जफे दी गल करदा होया वड्डे मान सम्मान जोनी भाजी कनेडा वाले गगन दवाई वाले उत्थे के साडे रवि भाजी हुणां ने बहुत वड्डे योगदान मान सम्मान कीते आ रूपी भाजी हुणां ने बहुत वड्डे मान सम्मान खिडारी वीरां दे कीते इधर देखो लगदे होए जोर एक जोर नाल टकदा होया जसू सिया तू भी जिन्ने जफे लाएगा उन्ने 100 गगन दवाई वालों वालों आज देखो दर्शक वीरो राह बनाता होया दो पैर कट तुरना पर तुरना मटक दे नाल अगली कबड्डी अनमन नकोर गबरू है गोंदपुरिया नौजवान की गल करूगा खेड़ मैदान दे विच घर घर होण जिथे रब दियां गल्लां बणी जे दियां हवावां विच वसदी वार के परिवार सारा कलम दशमेश जी दी जिथे जफरनामा लिख के है दसदी अणखां लई चढ़ जांदे फांसी जिथे सूरमे जाण देना बैरियां नूं कख वी उसे नूं तां कहिंदे ने पंजाब च हान यारा जिथे कबड्डी च जवानी धूड़ा पटदी अज चल फिर तनु सिया कर दो हथ क्योंकि
बहुत बड़े मान सम्मान आए तनू हुंदी बले बले हुंदी बले बले मारो जोरदार ताड़ियां गबरू वास्ते 500 500 200 ते 100 ओ 11 11 13 13 100 दे जफे अज भर गया तनू सिया बले बले करा गया अज तेरे पिता नू माने तेरे ते जोनी भाजी हुणा वालों मेरे वास्ते 100 रुपए दा मान सम्मान जोनी कनेडा वाले इधर बल्ले बल्ले चक्के शाम 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 बल्ले बल्ले हो गए बई खेड़ मैदान च सिरा लग गया गोंदपुर दी धरती ते 50 किलो भार वर्ग दे विच पूरी बल्ले बल्ले हो गई कल दशक वीरियो ओपन पिंड पद्धर दियां टीमां 24 टीमां ने भाग लिया ते रात 8 बजे फाइनल मैच मुकिया पहले नंबर ते कंगमाई दी टीम ते दूसरे नंबर ते अमृतसर दी टीम आई इधर लगदे हो जोर गोंदपुरिया नौजवान एक जोर दे नाल डकदा होया पूरी बल्ले बल्ले करांदा होया तकड़े जफे दी गल जे एक विच जोर होवे दुनिया ता पुछदी सरनामा खिडारी जागे उत्ते बिरले पुत जमदियां मामा अगली कबड्डी आ सारा टब्बर ही पै गया भाई कल्ले नू कल्ले दी खेड आ सारा टब्बर ही पैण नी 57 करा के बैठूंगे किते ओ अपनी टीम दे वास्ते लखा जा पॉइंट हासिल करदा होया अगली कबड्डी सरहाले दी धरती वालों आए तनु जिन बल्ले बल्ले कराती तनु गोंदपुरिये ने उरली कन्नी ते आप बिल्ला नौजवान ने ढेसल बरसल बागा दोनों टीमों नु बेनती है कि जल्दी आ जाओ हां जी बलवीर सिंह जी पीरा साहब हुणा वल्लों 100 रुपए दा मान सम्मान सारी गोंदपुर दी टीम नु धन्नवाद करदे आं प्रभ जोत ਜਾਨੀ ਸਾਹਿਬ ਹੁਣਾਂ ਵੱਲੋਂ ਜੇ ਤਨੂ ਸਿਆ ਜੱਫਾ ਲਾ ਗਿਆ ਜਿੰਨੇ ਜੱਫੇ ਉਹਨੇ ਹਜ਼ਾਰ ਤਨੂ ਚੈਨ ਚ ਰਹਿ ਤੂੰ ਮਹਿੰਗੇ ਮੁੱਲ ਦਾ ਪਲੇਅਰ ਐ ਸਮੇਂ ਤੂੰ ਸਭ ਤੋਂ ਜਿੰਨੇ ਜੱਫੇ ਉਹਨੇ ਹਜ਼ਾਰ ਉਹ ਐ ਸਮੇਂ ਖੇਡ ਮੈਦਾਨ ਦੇ ਵਿੱਚ ਸਰਹਾਲੇ ਦੀ ਧਰਤੀ ਵੱਲੋਂ ਐ ਨਮਨ ਨਕੌਰ ਗੱਭਰੂ ਪੂਰਾ ਕਰੰਟੇ ਗੱਭਰੂ ਦੇ ਸਰੀਰ ਦੇ ਵਿੱਚ 4 ਗੋਂਦਪੁਰੀਏ ਜੱਫਿਆਂ ਦੀ ਘੁੰਮਦੀ ਹੋਈ ਚੈਨ ਆ ਦੇਖੋ ਦਸ਼ਕ ਵੀਰੋ ਦੌੜ ਕੇ ਗੱਭਰੂ ਪੈ ਗਿਆ ਪਰ ਲਾਲਾ ਮਾਰਦਾ ਜਿਨ੍ਹਾਂ ਘਰਾਂ ਵਿੱਚ ਲੋਕੋ ਤੇਲ ਹੁੰਦਾ ਦੀਵੇ ਉਹਨਾਂ ਦੇ ਹੀ ਸਦਾ ਜਗਦੇ ਨੇ ਜਿਹੜੇ ਰਸਤਿਆਂ ਉੱਤੇ ਤੁਰ ਪੈਂਦੇ ਰਸਤਿਆਂ ਚੋਂ ਰਸਤੇ ਲੱਭਦੇ ਨੇ ਮਨੀ ਦੀ ਕਬੱਡੀ ਮਨੀ ਗੋਂਦਪੁਰੀਆ ਅੱਗੇ ਸਰਹਾਲੇ ਦੇ 4 ਜਾਫੀ ਤਿਆਰ ਬਰ ਤਿਆਰ ਦੇ ਕੌਣ ਟੱਕੂ ਸਮਾਂ ਦੱਸੂ ਆ ਦੇਖੋ ਮਨੀ ਇੱਕ ਮਨੀ ਅੰਗਰੇਜ਼ੀ ਵਿੱਚ ਪੈਸੇ ਨੂੰ ਕਿਹਾ ਜਾਂਦਾ ਏ ਪਰ ਆ ਮਨੀ ਗੋਂਦਪੁਰੀਆ ਦਸ਼ਕ ਵੀਰੋ ਆਪਣੀ ਟੀਮ ਦੇ ਵਾਸਤੇ ਲੱਖਾਂ ਜਾਂ ਪੁਆਇੰਟ ਅਗਲੀ ਕਬੱਡੀ ਸਰਹਾਲੇ ਦੀ ਧਰਤੀ ਵੱਲੋਂ ਐ ਨਮਨ ਨਕੌਰ ਗੱਭਰੂਏ 4 ਜਾਫੀਆਂ ਦੀ ਘੁੰਮਦੀ ਹੋਈ ਚੈਨ ਉਹ ਕੌਣ ਟੱਕੂ ਉਹ ਆਪਣੀ ਟੀਮ ਦੇ ਵਾਸਤੇ ਲੱਖਾਂ ਜਾਂ ਪੁਆਇੰਟ ਦੋ ਦੋ ਕਬੱਡੀਆਂ ਜੱਸੇ ਗੋਂਦਪੁਰੀਏ ਰੈਫਰੀ ਸਾਹਿਬਾਨ ਤੇ ਬੱਲੀ ਕਬੱਡੀ ਖਿਡਾਰੀ ਵੱਲੋਂ ਇਧਰ ਸਾਹਮਣੇ ਨੌਜਵਾਨ ਸਿੱਖ ਸਰਦਾਰ ਗੱਭਰੂ ਰਹਿਣ ਸ਼ੂਕ ਦੇ ਰੇਸ਼ਮੀ ਝੰਡੇ ਸਿੰਘਾਂ ਦੀ ਜਾਵੇ ਕਾਰ ਸ਼ੂਕ ਦੀ ਰਹਿਣ ਝੂਲ ਦੇ ਰੇਸ਼ਮੀ ਝੰਡੇ ਇਧਰ ਖੇਡ ਮੈਦਾਨ ਦੇ ਵਿੱਚ ਸਰਹਾਲੇ ਦੀ ਧਰਤੀ ਵੱਲੋਂ ਹੈਲੋ ਉਹਨੂੰ ਭਾਈ ਦੋ ਦੋ ਰੇਡਾਂ ਰਹਿ ਗਈਆਂ ਸਰਹਾਲੇ ਦੀ ਧਰਤੀ ਕਰਨੈਲ ਸਿੰਘ ਜੀ ਸਾਡੇ ਭਾਜੀ ਇੰਸਪੈਕਟਰ ਸਾਹਿਬ ਘਰ ਤੋਂ ਆਏ ਆ ਅਸੀਂ ਇੱਥੇ ਆਉਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਕਰਨੈਲ ਸਿੰਘ ਜੀ ਅਗਲੀ ਕਬੱਡੀ ਢੇਸਲ ਤੇ ਬਾਗਾ ਯਾਰ ਆ ਜਾਓ ਗਰਾਊਂਡ ਵਿੱਚ ਢੇਸਲ ਤੇ ਬਾਗਾ ਹਾਂ ਦਲਵਿੰਦਰ ਭਾਜੀ ਦਾ ਵੀ ਧੰਨਵਾਦ ਬਾਗਾ ਵਸ ਦੇਸਰ ਬਿਨਾਂ ਕਿਸੇ ਦੇਰੀ ਤੋਂ ਦੋਨੇ ਟੀਮਾਂ ਖੇਡ ਮੈਦਾਨ ਚ ਆ ਜਾਣ ਇੱਕ ਪਾਸੇ ਬਾਗਾ ਦੂਸਰੇ ਪਾਸੇ ਦੇਸਰ ਦੀਆਂ ਟੀਮਾਂ ਇਧਰ ਮਨੀ ਆ ਦੇਖੋ ਨੱਚਦਾ ਟੱਪਦਾ ਬੱਲੇ ਉਹ ਸ਼ੇਰ ਜਵਾਨਾ ਖੇਡੀ ਜਾ ਵਿੱਚ ਮੈਦਾਨਾ ਚੱਲ ਫੇ ਤਨੂ ਸਿਆ ਬੱਲੇ ਬੱਲੇ ਕਰਾ ਦੇ ਅੱਜ ਅੱਜ ਕਿਉਂਕਿ ਤੇਰੇ ਤੇ ਗਗਨ ਧਵਾਈ ਵਾਲੇ ਆ ਦੇਖੋ ਦਸ਼ਕਰ 1000 ਰੁਪਏ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਅੱਜ 1000 ਰੁਪਇਆ ਇੱਕ 200 ਰੁਪਇਆ ਇੱਕ ਤੇ 100 ਰੁਪਇਆ ਇੱਕ 1300 ਦਾ ਜਫਾ ਤਾੜੀ ਮਾਰ ਦਿਓ
ताड़ी मार दो दशक वीरो ताड़ी मार दो लगते हो जोर प्रभ जोत सिंह जी चौके वाले वालों हजार रुपया दिता गया तनु नू इस जफे ते सारे वीर का धन्यवाद करते हैं इस दे नाल ही मैच समाप्त हेलो हाँ जी आ मैच में गोंदपुर की टीम जीतू रही है साढ़े उन्नी गोंदपुर ते दस सरियाले दी सरियाले ने क्या सी साढ़े पांच बंदे बारो हाँ फिर तो भी जीत गए ढेसल ते भागा प्रबंधक कमेटी वालों सारी गोंदपुर की टीम नू 500 रुपया दिता गया हो सनी ठेठी साहब होना वालों तनु वास्ते 500 रुपए का मान सम्मान ते साडे प्रबंधकां वालों गोंदपुर की सारी टीम नू 500 रुपए का मान सम्मान एक बार जोरदार ताड़ियां मार दो गोंदपुर की टीम दे वास्ते जिथे के जॉनी कनेडा और रवि कनेडा रूबी पाजी होना वालों बड़े मान सम्मान उथे साडी प्रबंधक कमेटी लवी पाजी होनी अमन भाजी होनी राजे भाजी होनी जसे भाजी होनी पटवारी साहब होना वालों भी प्रबंधक कमेटी वालों वो मान सम्मान 500 रुपए का किया गया गोंदपुर की सारी टीम का वो देसल वर्सेस बागा बिना किसी देरी तो दोनों टीम एक पासे देसर की टीम होगी तो साढ़े जैलदार साहब होना की टीम जैलदार साहब आ गई टीम बागिया की बागिया वालों हाथ खड़े करो पूरा पिंड फे आ गया कोई गल नहीं प्यार ताड़ा पूरी बल्ले बल्ले हो रही है ते गोपी गुरप्रीत सिंह गोपी रंगीला साहब पहुंचे ने धन्यवाद करते हैं कल भी दर्शक वीरो निहाल किया अपने मिठड़े बोलों नाल गुरप्रीत सिंह गोपी रंगीला साहब ने हेलो हेलो आ तन्नू नू 500 रुपया राजे की मम्मी वालों तो उहदी ताई वालों 500 रुपया मेरे को आ के लै लिया तन्नू ने बहुत वधिया मैच खेलिया राजे की मम्मी वालों सरबजीत कौर वालों तो ताई वालों आ 500 रुपया 1000 रुपया तन्नू लै ला मेरे को आके हो दर्शक वीरो इस कबड्डी टूर्नामेंट दे विच लग गईयां ने रौनकां धन्नवाद करदे आ रवि भाजी दे माता जी रवि कनेडा वालियां दे कनेडा च जो पक्के तौर पर वसे ने उन्होंने माता जी 100 रुपए का मान सम्मान मेरे वास्ते धन्यवाद करते हैं जिथे के दर्शक वीरो इस टूर्नामेंट के रूबी यूएसए वालों का बहुत बड़ा योगदान है रवि कनेडा वालों का बहुत बड़ा योगदान है जॉनी कनेडा वाले अभी नूर कनेडा वाले तो जग्गा कालकट कहिंदे 50,000 रुपया इस टूर्नामेंट वास्ते सारिया मान ते सत्कार योग शख्सियतों ने दिता है धन्यवाद करते हैं उत्थे ही सरदार कुलदीप सिंह कीपा साहब होना दा रजिंदर सिंह जी सरहाला जो कि कनेडा विच पक्के तौर पर वसे ने स्वर्गवासी सरदार बलवंत सिंह जी लंबरदार साहब होना दे सपुत्र ने बहुत बड़ा योगदान है जतेंद्र सिंह जी ठेठी सनी होना दा बहुत बड़ा योगदान है गगनदीप सिंह ठेठी उन्हों का बहुत बड़ा योगदान है जसू ठेठी जसू ठेठी ते सरदार गुरप्रीत सिंह जी सऊदी अरब वाले ते सरदार ओंकार सिंह जी सम्राट स्वीट शॉप भोगपुर वालों का बहुत बड़ा योगदान है सारिया मान ते सत्कार योग शख्सियतों का धन्यवाद करते हैं अज इस खेड मैदान दे विच टूर्नामेंट दे विच नौजवान वर्गों का बहुत बड़ा योगदान है लवी बहुत बड़िया जिम्मेवारियां लवी ते जस्से गोंदपुर ते बबलू भाजी ते राजे भाजी ते शाह साहब होना ते बहुत बड़िया जिम्मेवारियां अमरिंदर सिंह जी होना ते अरविंद सिंह जी होना तो सारे ही
ਟੇਕ ਸਾਹਿਬ ਗੁਰਵਿੰਦਰ ਟੇਕ ਹੁਣਾਂ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਭਾਜੀ 5 ਮਿੰਟ ਲੈਣੇ ਆ ਅਸੀਂ ਆਪਣੇ ਸਾਰੇ ਵੀਰਾਂ ਨਾਲ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਹੈਲੋ 5 ਮਿੰਟ ਲੈਣੇ ਭਾਜੀ ਸਾਰਿਆਂ ਨੇ ਸਾਡੇ ਵਿੱਚ ਪ੍ਰਦੀਪਾਲ ਸਿੰਘ ਜੀ ਕਾਲਾ ਮੇਰੇ ਬੜੇ ਭਰਾ ਪਹੁੰਚੇ ਆ ਤੇ ਉਹਨਾਂ ਨੂੰ ਮੈਂ ਕਹਿੰਦਾ ਸਟੇਜ ਤੇ ਆ ਜਾਣ ਪ੍ਰਦੀਪਾਲ ਸਿੰਘ ਜੀ ਕਾਲਾ ਬਾਲਾ ਜੱਟਾਂ ਵਾਲੇ ਸਾਨੂੰ ਜਿਹੜਾ ਵੀਰਾਂ ਨੇ ਸਹਿਯੋਗ ਦਿੱਤਾ ਜੀ ਰੂਬੀ USA ਅਭਿਨੂਰ ਸੋਤਾ ਰਵੀ ਕੈਨੇਡਾ ਜੂਨੀ ਕੈਨੇਡਾ ਜਗਤਾਰ ਸਿੰਘ ਜੱਗਾ ਕੁਲਦੀਪ ਸਿੰਘ ਕੀਪਾ ਰਜਿੰਦਰ ਸਿੰਘ ਜੀ ਭਾਜੀ ਸਰਿਆਲੇ ਤੋਂ ਹਰਵਾਨ ਸਿੰਘ ਜੀ ਸਾਡੇ ਪਿੰਡ ਵਾਲੇ USA ਵਾਲੇ ਓਂਕਾਰ ਸਿੰਘ ਜੀ ਸਰਿਆਲਾ ਸਵੀਟ ਸ਼ਾਪ ਵਾਲੇ ਬਾਬਾ ਦਰਸ਼ਨ ਸਿੰਘ ਜੀ ਅਜੀਤ ਸਿੰਘ ਜੀ ਸਾਬੀ ਮਨਜੀਤ ਸਿੰਘ ਜੀ ਸਾਬੀ ਬਹਿਰੀਨ ਵਾਲੇ ਗਗਨਦੀਪ ਸਿੰਘ ਜੀ ਠੇਠੀ ਗੁਰਮੀਤ ਸਿੰਘ ਜੀ ਜੱਜ ਸਨੀ ਡਬਈ ਵਾਲੇ ਠੇਕੇਦਾਰ ਸ਼ਿੰਗਾਰਾ ਸਿੰਘ ਜੀ ਰਾਜਵੀਰ ਰਾਜਾ ਜੀ ਗੁਰਮਿੰਦਰ ਸਿੰਘ ਟੇਕ ਸ਼ਾਂਜੀ ਸਿੰਘ ਜੀ ਹਰਵਿੰਦਰ ਦਰਮੋਲ ਸਿੰਘ ਜੀ ਗੁਰਧਿਆਨ ਸਿੰਘ ਜੀ ਧੰਨਾ ਲਾਡੀ ਭਾਜੀ ਗੋਪੀ ਜੱਸੂ ਰੈਂਪੀ ਪ੍ਰਧਾਨ ਚਰਨ ਸਿੰਘ ਚਾਨੀ ਹਰਭਜਨ ਸਿੰਘ ਕੈਨੇਡਾ ਵਿਕਰਮਜੀਤ ਸਿੰਘ ਵਿੱਕੀ ਸੇਵਾ ਸਿੰਘ ਸੋਢੀ ਭਾਜੀ ਤਾਂ ਬੱਬੀ ਭਾਜੀ ਹੋਣੀ ਕੁਲਵਿੰਦਰ ਸਿੰਘ ਘੋਲਾ ਮਾਸਟਰ ਸੰਤੋਖ ਸਿੰਘ ਜੀ ਗੜ੍ਹਦੀਵਾਲਾ ਤੋਂ ਭੁਪਿੰਦਰ ਸਿੰਘ ਜੀ ਗਗਨਦੀਪ ਸਿੰਘ ਜੀ ਭੁਪਿੰਦਰ ਸਿੰਘ ਜੀ 5 ਗਗਨਦੀਪ ਸਿੰਘ ਜੀ ਅਵਤਾਰ ਸਿੰਘ ਹੈਪੀ ਰਾਣਾ ਸਾਬੀ ਨਰੇਸ਼ ਕੁਮਾਰ ਕਰਨਲ ਹਰਵਾਨ ਸਿੰਘ ਜੀ ਗੁਰਦੀਪ ਸਿੰਘ ਜੀ ਸਾਡੇ ਜੈਲਦਾਰ ਸਾਹਿਬ ਅਰਵਿੰਦਰ ਸਿੰਘ ਜੀ ਕੁਲਵਾਨ ਸਿੰਘ ਜੀ ਸਾਡੇ USA ਵਾਲੇ ਛੋਟਾ ਨਾਮ ਉਹਨਾਂ ਉੱਦਾਂ ਜ਼ਿਆਦਾ ਜਾਣਦੇ ਘੁੱਗੀ ਕਹਿ ਕੇ ਪਤਾ ਲੱਗਦਾ ਉੱਦਾਂ ਕੁਲਵੰਤ ਸਿੰਘ ਕਹਿ ਕੇ ਨਹੀਂ ਪਤਾ ਲੱਗਦਾ ਮਝੈਲ ਸਿੰਘ ਜੀ ਫੌਜੀ ਸਾਹਿਬ ਸੁਰਜੀਤ ਸਿੰਘ ਜੀ ਪੰਜਾਬ ਪੁਲਿਸ ਭਾਜੀ ਸਾਡੇ ਉਹਨਾਂ ਨੇ ਵੀ ਸਾਡੀ ਬਹੁਤ ਮਦਦ ਕੀਤੀ ਆ ਹਰਪਾਲ ਸਿੰਘ ਜੀ ਮੇਰੇ ਵੱਡੇ ਭਰਾ ਰਣਧੀਰ ਸਿੰਘ ਜੀ ਸਾਬਕਾ ਸਰਪੰਚ ਰਾਜਾ ਜੀ ਸਾਡੇ ਪੰਡਤਾਂ ਦੇ ਇੰਦਰਜੀਤ ਸਿੰਘ ਮਹਿੰਦਰ ਸਿੰਘ ਮਿਸਤਰੀ ਭੋਲੂ ਭਾਜੀ ਜਤਿੰਦਰ ਸਿੰਘ ਹੋਣੀ ਮਲਕੀਤ ਸਿੰਘ ਜੀ ਸਾਡੇ ਫੁੱਫੜ ਲੰਬੜਦਾਰ ਸਾਹਿਬ ਰਾਮਦਾਸ ਜੀ ਸੰਦੀਪ ਸਿੰਘ ਰਾਜਪੂਤ ਸੋਹਣ ਸਿੰਘ ਮੋਹਣ ਸਿੰਘ ਮੋਹਣੀ ਹੈਪੀ ਸਰਪੰਚ ਤਨਦੀਪ ਸਿੰਘ ਜੀ ਪੁਲਿਸ ਲਾਡੀ ਭਾਜੀ ਬਿੱਲਾ ਬਹਾਦਰ ਭਾਜੀ ਗੁਰਦਿਆਲ ਸਿੰਘ ਦਾਲੋ ਆਪਣੇ ਪੰਚ ਸਾਹਿਬ ਮਾਸਟਰ ਸੁੱਖਾ ਜੀ ਗੁਰਦਿਆਲ ਸਿੰਘ ਜੀ ਸੁਰਜੀਤ ਸਿੰਘ ਜੀ ਜੀਤ ਸਿੰਘ ਜੀ ਡਿਪਟੀ ਭਾਜੀ ਗੁਰਨਾਮ ਸਿੰਘ ਜੀ ਫੌਜੀ ਮੋਹਣ ਸਿੰਘ ਜੀ ਚੱਕੀ ਵਾਲੇ ਮਝੈਲ ਸਿੰਘ ਜੀ ਅਵਤਾਰ ਸਿੰਘ ਜੀ ਓਂਕਾਰ ਸਿੰਘ ਹਰਜੀਤ ਸਿੰਘ ਜਰਨੈਲ ਸਿੰਘ ਸੋਢੀ ਗੁਰਮੇਲ ਸਿੰਘ ਹਰਭਜਨ ਸਿੰਘ ਸੋਢੀ ਪੁਲਿਸ ਸ਼ਿਵ ਸਿੰਘ ਜਿੰਦਰ ਲੰਬੜ ਸੂਬੇਦਾਰ ਮਾਨ ਸਿੰਘ ਮਨੀ ਸਿੰਘ ਦੀਪਾ ਰਿਆੜ ਵਿਕਰ ਸਿੰਘ ਜੀ ਦੇਵੀ ਨਿੱਕੂ ਭਾਜੀ ਸੁੱਖੀ ਭੁਪਿੰਦਰ ਸਿੰਘ ਜੈਲਦਾਰ ਸਤਨਾਮ ਸਿੰਘ ਤੇ ਜਰਨੈਲ ਸਿੰਘ ਤੇ ਗੁਰਮੀਤ ਸਿੰਘ ਸੋਨੀ ਜਰਨੈਲ ਸਿੰਘ ਉਬੀ ਠੇਕੇਦਾਰ ਜੀ ਜੋਤ ਸਿੰਘ ਲੰਬੜ ਜੱਸਾ ਭਾਜੀ ਜੀਤੀ ਭਾਈ ਜਸਪ੍ਰੀਤ ਸਾਬੀ ਸਾਡੇ ਹਲਵਾਈ ਜਿਹੜੇ ਆ ਉਹ ਵੀ ਆ ਜਗਿੰਦਰ ਸਿੰਘ ਮਾਸਟਰ ਜਸਪਾਲ ਸਿੰਘ ਗੜ੍ਹਦੀਵਾਲ ਤੇ ਮੇਜਰ ਸਿੰਘ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਕਾਲੇ ਭਾਜੀ ਦਾ ਫਿਰ ਇੱਕ ਵਾਰ ਧੰਨਵਾਦ ਕਰਦੇ ਪਹੁੰਚਣ ਤੇ ਦੇਸਰ ਦੀ ਟੀਮ ਇੱਕ ਪਾਸੇ ਦੇਸਰ ਦੂਜੀ ਟੀਮ ਕਿਹੜੀ ਆ ਬਾਈ ਬਾਗਿਆ ਵਾਲੇ ਦੇਸਰ ਵਾਲਿਓ ਪ੍ਰਬੰਧਕਾਂ ਵੱਲੋਂ ਇਹ ਦੇਸਰ ਵਾਲਿਆਂ ਕੱਲਿਆਂ ਵਾਸਤੇ ਨਹੀਂ ਬਾਗੇ ਵਾਲਿਆਂ ਵਾਸਤੇ ਵੀ ਇਹ ਫੈਸਲਾ ਕਿ ਜਿਹੜੇ ਖਿਡਾਰੀ ਪਹਿਲੇ ਖੇਡੇ ਆ ਉਹੀ ਖੇਡਣਗੇ ਹੁਣ ਨਵਾਂ ਖਿਡਾਰੀ ਜਿਹੜਾ ਉਹ ਨਹੀਂ ਖੇਡੇਗਾ ਕਿਉਂਕਿ ਸੈਮੀ ਫਾਈਨਲ ਮੈਚ ਅਗਲੀ ਗੱਲ ਗੁਰਪ੍ਰੀਤ ਸਿੰਘ ਗੋਪੀ ਰੰਗੀਲਾ ਕਰਨਗੇ ਆਪਣੇ ਮਾਈਕ ਤੋਂ ਹੈਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਪਹਿਲਾਂ ਆਪਾਂ ਜੀ ਜਿਹੜੇ ਮੋਟਰਸਾਈਕਲ ਆ ਇੱਧਰ ਇੱਕ ਸਾਈਡ ਤੇ ਲਾ ਦੇਣ ਕਿਉਂਕਿ ਸਾਡੇ ਮਹਿਮਾਨ ਵੀ ਆਉਣੇ SHO ਸਾਹਿਬ ਗੜ੍ਹਦੀਵਾਲਾ ਤੋਂ ਕੁਲਵਿੰਦਰ ਸਿੰਘ ਜੀ ਬਿਰਕ ਤੇ ਹੋਰ ਵੀ ਸਾਡੇ ਬਾਬਾ ਜੀ ਵੀ ਉਹਨਾਂ ਦੇ ਇੱਧਰ ਜਿਹੜਾ ਮੋਟਰਸਾਈਕਲ ਆ ਇੱਕ ਸਾਈਡ ਤੇ ਲਾ ਲਓ ਸੋ ਬੇਨਤੀ ਕੀਤੀ ਜਾਂਦੀ ਵੀ ਸਟੇਜ ਨੂੰ ਜਿਹੜਾ ਮੁੱਖ ਰਸਤਾ ਆਉਂਦਾ ਉਹਨੂੰ ਛੱਡ ਦਾ ਬਾਕੀ ਸਾਰੇ ਪਾਸੇ ਖੁੱਲ੍ਹੇ ਆ ਜਿੱਧਰ ਮਰਜ਼ੀ ਲਾ ਲਓ ਮੇਨ ਨਾ ਲਓ ਹੈਲੋ
हां जी वाहेगुरु जी का खालसा वाहेगुरु जी की फतेह। सारिया रब वर्गिया संगतां दा कोटन कोटन धन्नवाद करदे आं क्योंकि कल भी मैदान दे विच इनामी खिडारियों की गल होई सी, अज भी खिडारी इनामी खेडणगे। उत्थे वर्ल्ड फेमस बुलारे सरदार सुखबीर सिंह जी चौहान साहब जिन्हां नूं अलवेले का खिताब मिलिया, क्योंकि दर्शक वीरियो कल भी उन्होंने मेरे नाल आना सीगा पर थोड़ी जी सेहत ढिली करके नहीं पहुँच सके। अज भी सेहत ढिली सीगी, फिर कहिंदे कि गोंदपुर पिंड वाले ना प्यार बड़ा आ, साडे बबलू भाई का भी फोन गया ते साडे प्रधान साहब का भी फोन गया ते जसे भाई ने भी फोन किया कि इस करके जरूर अज पहुंचे आ क्योंकि सेहत ढिली करके कल नहीं हाजिरी ला सके। उन्होंने नाल वर्ल्ड फेमस बुलारे बलजिंदर सिंह जी घूमन साहब धामी साहब उन्हों का भी धन्यवाद करते हैं। बबलू भाजी सेहत बहुत खराब सी चौहान साहब की, ताडे प्यार दे सदे ते पहुंचे आ, माण आ सानू बबलू भाई ते क्योंकि खेड मैदान दे विच कल भी तकड़े मुकाबले होए ते अज भी तकड़े मुकाबले होणगे के दोवें हथ जोड़ के अरदास करदा माड़े काम ना कदे कराई रब्बा मेरे बोला नाल ना किसे नू ठेस पहुंचे ते कौड़े बोल ना कदे बुलाई रब्बा मेरे करके दुनिया ते कोई ना दुखी होवे ते जीव जंतु ना तू मेरे हथों मराई रब्बा फतोवाल सोनू हर वेले तेरा शुकर करदा के कौड़े बोल ना कदे बुलाई रब्बा कौड़े बोल ना कदे बुलाई रब्बा। सरदार निर्मल सिंह जी पप्पी साहब सीकरी तो पुज गए जी आए आखते हैं, इन्हों का पहुंचने के कोड़न कोड़न धन्यवाद करते हैं। दोनों टीमों नूं बेनती आ बिना किसी देरी तो मुकाबला शुरू किया जाए। पहली कबड्डी बिपन पाउण लई तैयार बार तैयार आ, ये अपने बजन का टॉपर का खिडारी आ, अज इतिहास रचा जाएगा। बबलू भाजी कल भी स्वाद आ गया मैचों का क्योंकि दिल पूरा खुश सीगा कल भी। इधर नौजवान ने पाई आ कबड्डी, उधर रैफरी का फैसला के नंबर, रैफरी का फैसला अटल मित्रो के नंबर ओदा इशारा जेदे वल मित्रो के नंबर ओदा इशारा जेदे वल मित्रो। साडे निर्मल सिंह जी पप्पी भाजी आए आ सीकरी तो साडे रिश्तेदार भी आए है तो पहुंचे आ, ये भी कप कराउंदे आ, बहुत बहुत धन्यवाद। जितेंद्र सिंह जी जेई साडे पिंड वह भी आए आ, उन्होंने भी असं जी आया कहते हैं जितेंद्र सिंह जी जेई साढ़े पिंड। हैलो हाँ जी 365 की टीम का भी सारे का कोटन कोटन धन्यवाद करते हैं जिन्होंने